हाँ जी भी जी, सारे वीर सत श्रीकाल जी। संदीप डे मैं बहुत बहुत वेलकम है जी। अज की भीर जी अपनी विजिट हैगी है पिंड जक्को की जी, जिला कपूरथला पैंदा तहसील ढिलवां। इन्हें भीर आके भी वीडियो बनाई थी जी। आप बहुत चंगे एनीमल होंगे जी, ठीक है जी। रेहड़ी बिल्कुल जायज होंगे। हम बई जी ने गलबात करें की प्राइस से की मिलेगा रिकॉर्ड आ। उस तो पहले रिक्वेस्ट करेंगे जी, जो भीर अपना कल वीडियो देख रहे रिक्वेस्ट कर रहे चैनल सबसक्राइब कर ली, तो घंटे अपने यूट्यूब डांस कर लेंगे। जी एक होर रिक्वेस्ट है जो कि भीर आए पूरी तसली करे चुवाई करे एक दो टाइम, ठीक है जी। रेट उन्होंने कहना जिन्ना तुम रेट लगे उन्ना रेट लाओ। हम आप बाई जी ने गलबात कर दी जी हम आप। हाँ जी बाई जी, सत श्रीकाल जी। बाई जी पहले तो बहुत बहुत स्वागत है जी। हाँ जी हाँ जी, ऐसे थोड़े दूजी दूजी हरी आ गए जी पिंड। हाँ जी, तो चलो भाई जी व्यापार कर दी जी आप। हाँ जी, माड़ा मोटा कर लीजा जी। तो किन्ना टाइम हो गया करते हैं भाई जी? सानू कोई 10-15 साल हो गए। 10-15 साल मजे गई दो, ठीक है। चलो फिर भाई जी अपना एड्रेस बोलो जी। डिस्ट्रिक्ट कपूरथला। हाँ जी, पिंड चक्को की तहसील ढिलवां। नाम तो फोन नंबर जी? नाम मेरा सुखविंदर सिंह है जी। ठीक है जी। 96 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
ਰੋਗੀ ਜੀ ਫਿਰਦਾ ਜੀ ਹਾਂ ਜੀ ਇਹ ਮੈਂ ਲਾ ਕੇ ਬਹੁਤ ਸਾਰਾ ਹਸਪਤਾਲ ਆਵਾ ਸਭ ਕੁਝ ਜਾਊਗਾ ਠੀਕ ਹੈ ਜਾਓਗੇ ਨਾ ਚਲੋ ਥੋੜਾ ਰੱਖ ਕੋਰਦੀ ਆ ਤੇ ਮੜਾ ਫੀਲ ਠੰਡੀ ਬਿਲਕੁਲ ਜੀ ਬਿਲਕੁਲ ਤੇ ਬਾਈ ਫਿਰ ਨੂੰ ਖੋਲੋ ਜੀ ਦਿਖਾਈਏ ਆਪਾਂ ਖੋਲੋ ਜੀ ਖੋਲੋ ਮੜਾ ਵੀ ਜੀ ਖੁੱਲੇ ਮੜਾ ਧਿਆਨ ਨਾਲ ਤੇ ਤੁਹਾਨੂੰ ਪਤਾ ਕਹੀਏ ਪਸ਼ੂ ਕੈਮਰੇ ਤੇ ਡਰਦਾ ਜੀ ਨਵੇਂ ਤਾਂ ਆ ਦੇਖੋ ਵੀ ਜੀ ਸਿੰਘ ਹਿਲਦੇ ਭਾਈ ਜੀ ਆ ਦੇਖੋ ਜੀ ਮਿੰਨੀ ਮੱਝ ਆ ਤੇ ਦੋ ਦੰਦ ਜੀ 16 ਕਿਲੋ ਦੁੱਧ ਤਿਆਰ ਹੈ ਜੀ ਬੰਦ ਵੀਰ ਜੀ ਬੰਦ ਇਹਦੇ ਬੰਦ ਬੱਚੇ ਦਾ ਤੇ ਭਾਜੀ ਫਿਰ ਇਹਦੀ ਕੀਮਤ ਜੀ ਇੱਕ ਲੱਖ 40,000 ਰੁਪਇਆ ਤੇ ਬਾਕੀ ਮੌਕੇ ਦੇ ਮਾਨਤਾ ਕਰੋਗੇ ਠੀਕ ਬੰਦ ਵੀਰ ਜੀ ਬੰਦ ਨੂੰ ਇੱਧਰ ਆ ਜਾਓ ਜੀ ਇਹ ਵੀ ਦੋ ਦੰਦ ਆ ਠੀਕ ਹੈ ਜੀ ਅੱਛਾ ਇਹ ਕੱਚੀ ਹੈ ਜੀ ਹਜੇ 20 ਦਿਨ ਲੈ ਜਾਓ ਘੱਟੋ ਘੱਟ ਠੀਕ ਹੈ ਜੀ ਠੀਕ ਹੈ ਜੀ ਭਾਜੀ ਫਿਰ ਇਹਨੂੰ ਖੋਲੋ ਜੀ ਇਹਨੇ ਖੋਲੋ ਵੀਰ ਜੀ ਦੇਖੋ ਇਹ ਵੀ ਦੋ ਦੰਦੀ ਹੈ ਜੀ ਤੇ ਭਾਜੀ ਫਿਰ ਇਹ ਕਿੰਨੇ ਕੁ ਦੁੱਧ ਕਰੂਗੀ ਜੀ ਇਹਨੇ ਆਪਣੇ ਇੱਥੇ ਲੋਕਲ ਹੈ ਕਿ ਬਾਹਰੋਂ ਲੈ ਕੇ ਆਉਂਦੇ ਜੀ ਅੱਛਾ ਵੇਖੋ ਜੀ ਵੀਰ ਜੀ ਆਹ ਦੇਖੋ ਬਹੁਤ ਭਾਰੀ ਮੱਝ ਸਿੰਗਰ ਦੀ ਕੁਆਲਿਟੀ ਬਹੁਤ ਸੋਹਣੀ ਹੈ ਜੀ ਅਤੇ ਪਿਓਰ ਮੋਹਰਾ ਧਿਆਨ ਨਾਲ ਹੋਰ ਜੀ ਹੋਵੇ ਬੰਦ ਬੰਦ ਜੀ ਚੱਕੇ ਬੰਦ ਵੀਰ ਜੀ ਫਿਰ ਇਹਦੀ ਇਹਦੀ ਕੀਮਤ ਆ ਇਹਦਾ 90,000 ਰੁਪਈਆ ਬਾਕੀ ਮੌਕੇ ਦੇ ਲੈਸ ਦਾ ਹੋ ਜਾਊਗਾ ਠੀਕ ਹੈ ਜੀ ਆਹ ਦੇਖੋ ਜੀ ਦੋ ਦੰਦ ਹੈ ਜੀ ਵੀ ਅਤੇ ਇਹਦੇ ਇਹ ਵੀ ਗੱਬਣੀ ਜੀ ਹਾਂਜੀ ਇਹ ਦੂਜੇ ਸੂਈ ਸੂਈ ਹੈ ਅੱਛਾ ਸੂਈ ਹੈ ਜੀ ਇਹ ਅਤੇ ਕਿੰਨੇ ਟਾਈਮ ਹੋ ਗਿਆ ਭਾਅ ਜੀ ਸੂਈ ਨੂੰ ਜੀ ਇਹਨੂੰ 20 ਦਿਨ ਦਾ ਹੋ ਗਿਆ ਸੂਈ ਨੂੰ ਠੀਕ ਹੈ 13 ਕਿਲੋ ਤਿਆਰ ਹੈ ਜੀ ਅਤੇ ਬੱਚਾ ਮਗਰ ਕੀ ਆ ਗਿਆ ਵੀਰ ਜੀ ਕੱਟੀ ਹੈ ਜੀ ਇਹ ਵੀ ਖੋਲੋ ਜੀ ਲਓ ਵੀਰ ਜੀ ਇਹ ਵੀ ਦੇਖੋ 13 ਕਿਲੋ ਤਿਆਰ ਹੈ ਜੀ ਸੁਬਹਾ ਵੀਰ ਜੀ ਚੁਆਈ ਕਿੰਨੇ ਵਜੇ ਕੀਤੀ ਹੈ ਜੀ 6 ਵਜੇ ਚੁਆਈ ਕੀਤੀ ਹੈ ਜੀ ਅਤੇ 1:30 ਵੱਜ ਚੁੱਕਾ ਆਹ ਦੇਖੋ ਵੀਰ ਜੀ ਅਤੇ ਚੁਆਈ ਵੀ ਬਾਈ ਜੀ ਕਿਵੇਂ ਜੀ ਇੱਕ ਨੰਬਰ ਚੁਆਈ ਹੈ ਜੀ ਠੀਕ ਹੈ ਅਤੇ ਇਹਨੇ ਗਾਈਆਂ ਵਿੱਚ ਕੋਈ ਸੇਲ ਜੀ ਦੱਸ ਤਾਂ ਕੋਈ ਨਹੀਂ ਜੀ ਇਹਨਾਂ ਦੀ ਇਹ ਦੁੱਧ ਕਿੰਨਾ ਜੀ ਅੱਛਾ 17 ਕਿਲੋ ਦੁੱਧ ਹੈ ਜੀ ਕਿੰਨੇ ਟਾਈਮ ਹੋ ਗਏ ਵੀਰ ਜੀ 27-28 ਦਿਨ ਹੋ ਗਏ ਠੀਕ ਹੈ ਇਹ ਵੀ ਖੋਲੋ ਵੀਰ ਜੀ ਹੁਣ ਅਤੇ ਬੱਚਾ ਮਗਰ ਕੀ ਬਾਈ ਜੀ ਬੱਚੀ ਹੈ ਜੀ ਅੱਛਾ ਠੀਕ ਹੈ ਇਹ ਵੀ ਸੇਲ ਕਰਨੀ ਜੀ ਗੱਬਣਾ ਜੀ ਕਿ ਨਹੀਂ 6 ਮਹੀਨੇ ਗੱਬਣਾ ਠੀਕ ਹੈ ਜੀ ਅੱਛਾ ਖੀਰੀ ਹੈ ਜੀ ਲਓ ਜੀ ਦੇਖੋ ਆਹ ਦੇਖੋ ਅਤੇ ਚੁਆਈ ਜੋ ਬਾਈ ਜੀ ਠੀਕ ਹੈ ਜੀ ਬਿਲਕੁਲ ਇੱਕ ਨੰਬਰ ਚੁਆਈ ਹੈ ਜੀ ਆਹ ਦੇਖੋ ਬਸ ਲੈ ਜਾਓ ਵੀਰ ਜੀ ਅਤੇ ਬਾਈ ਜੀ ਫਿਰ ਇਹਦੀ ਕੀਮਤ ਕੀ ਹੈ ਜੀ
अच्छा 40,000 रुपया जी, ठीक है। तो ये 6 महीने गब्बन चेक करा के दोगे? तो इनकी कीमत जी? ये भी 40,000 रुपया। इनकी की डिमांड बाली नहीं थोड़ी जी? चलो एनिमल है जी, चलो देखो बहुत सोहनिया मही जी, दंदा बच्ची है जी झोटियां, ठीक है जी। तो आज भी जी फिर ऐ करो एक बार एड्रेस अपना फिर बोल दो जी। हाँ जी ठीक है जी, नाम ते फोन नंबर बोल दो जी। 9856 हाँ जी 9546 ठीक है जी। चलो जिस तरह भी गलबात कर, ठीक है जी। सत श्रीकाल जी।